कैनेडा की करंसी बारे विच नोट चाल एक सेंट नू निकल कहते हैं दस सेंट न पची सेंट नॉलर के सिक्के नम तौर से लूनी कहें डालर के बड़े लून यानी बत्तक वर्गे पंछी करके है दो डालर के सिक्के नम तौर से टूनी कहें ਅਗੇ ਨੋਟਾਂ ਬਾਰੇ ਜਾਣਕਾਰੀ ਹੈ 5 ਡਾਲਰ ਦਾ ਨੋਟ ਨੀਲਾ ਹੁੰਦਾ ਹੈ ਅਤੇ ਆਮ ਚੱਲਦਾ ਹੈ ਇਸ ਤੋਂ ਅੱਗੇ 10 ਡਾਲਰ ਗੂੜੇ ਗੁਲਾਬੀ ਰੰਗ ਦਾ ਹੁੰਦਾ ਹੈ ਫਿਰ ਹਰੇ ਰੰਗ ਦਾ 20 ਡਾਲਰ ਦਾ ਨੋਟ ਇਸ ਤੋਂ ਅੱਗੇ ਲਾਲ ਰੰਗ ਦਾ 50 ਡਾਲਰ ਦਾ ਨੋਟ ਅਤੇ ਅਖੀਰ ਤੇ ਪੂਰੇ ਰੰਗ ਦਾ 100 ਡਾਲਰ ਦਾ ਨੋਟ ਕੈਨੇਡੀਅਨ ਕਰੰਸੀ ਚਾਪਣ ਦੀ ਜ਼ਿੰਮੇਵਾਰੀ ਬੈਂਕ ਆਫ ਕੈਨੇਡਾ ਦੀ ਹੈ ਉਹਨਾਂ ਨੇ ਨਕਲੀ ਨੋਟਾਂ ਤੋਂ ਬਚਾਉਣ ਲਈ ਕਈ ਸੁਰੱਖਿਆ ਦੇ ਵਿਸ਼ੇਸ਼ ਚਿੰਨ ਸ਼ਾਮਲ ਕੀਤੇ ਹਨ। ਹਰ ਨਵੇਂ ਨੋਟ ਵਿੱਚ ਇੱਕ ਧਾਤੂ ਦੀ ਜਾਂ ਹੋਲੋਗ੍ਰਾਫਿਕ ਪੱਟੀ, ਇੱਕ ਸ਼ਕਲ ਜਾਂ ਵਾਟਰਮਾਰਕ, ਸੁਰੱਖਿਆ ਵਾਲਾ ਧਾਗਾ, ਆਰ-ਪਾਰ ਦਿਸਣ ਵਾਲੇ ਨੰਬਰ, ਨੋਟ ਦੇ ਕੁਝ ਹਿੱਸਿਆਂ ਤੇ ਉਬਰੀ ਹੋਈ ਸਿਆਹੀ। ਹੋਰ ਜ਼ਿਆਦਾ ਜਾਣਕਾਰੀ ਲਈ ਬੈਂਕ ਆਫ ਕੈਨੇਡਾ ਦੀ ਵੈੱਬਸਾਈਟ ਤੇ ਜਾਓ। ਚੀਜ਼ਾਂ ਖਰੀਦ ਕੇ ਉਹਨਾਂ ਦੀ ਪੇਮੈਂਟ ਤੁਸੀਂ ਅਕਸਰ ਨਕਦ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਆਪਣੇ ਚੈੱਕ ਜਾਂ ਇੰਟਰਨੈਟ ਰਾਹੀਂ ਕਰ ਸਕਦੇ ਹੋ। ਬੈਂਕ ਕਾਰਡ ਜਿਸ ਨੂੰ ਡੈਬਿਟ ਕਾਰਡ ਵੀ ਕਹਿੰਦੇ ਹਨ, ਤੁਹਾਡੇ ਬੈਂਕ ਖਾਤੇ ਨਾਲ ਜੁੜਿਆ ਹੁੰਦਾ ਹੈ ਅਤੇ ਤੁਹਾਡੀਆਂ ਖਰੀਦੀਆਂ ਚੀਜ਼ਾਂ ਦੇ ਬਿੱਲ ਦੀ ਰਕਮ ਤੁਹਾਡੇ ਖਾਤੇ ਵਿੱਚੋਂ ਉਸੇ ਵਕਤ ਨਿਕਲ ਜਾਂਦੀ ਹੈ। ਜਦੋਂ ਤੁਸੀਂ ਆਪਣੇ ਬੈਂਕ ਕਾਰਡ ਰਾਹੀਂ ਚੀਜ਼ਾਂ ਖਰੀਦਦੇ ਹੋ, ਤਾਂ ਕਾਰਡ ਮਸ਼ੀਨ ਵਿੱਚ ਤੁਹਾਨੂੰ ਆਪਣਾ ਪਿਨ ਲਿਖਣਾ ਪਵੇਗਾ। ਕ੍ਰੈਡਿਟ ਕਾਰਡ ਰਾਹੀਂ ਤੁਸੀਂ ਚੀਜ਼ਾਂ ਉਧਾਰ ਖਾਤੇ 'ਚੋਂ ਇਹ ਵਾਅਦਾ ਕਰਕੇ ਖਰੀਦ ਲੈਂਦੇ ਹੋ। ਕਿ ਤੁਸੀਂ ਇਸ ਦੀ ਪੇਮੈਂਟ ਬਾਅਦ ਵਿੱਚ ਕਰ ਦਿਓਗੇ ਜਦੋਂ ਤੁਸੀਂ ਨਵਾਂ ਕ੍ਰੈਡਿਟ ਕਾਰਡ ਵਰਤਦੇ ਹੋ ਤਾਂ ਰਕਮ ਤਸਦੀਕ ਕਰਨ ਲਈ ਤੁਹਾਨੂੰ ਕਾਰਡ ਮਸ਼ੀਨ ਵਿੱਚ ਆਪਣਾ ਪਿਨ ਲਿਖਣਾ ਪਵੇਗਾ ਜਾਂ ਦਸਤਖਤ ਕਰਨੇ ਪੈਣਗੇ ਆਪਣੇ ਪਿਨ ਨੂੰ ਸੰਭਾਲ ਕੇ ਰੱਖੋ ਤਾਂ ਕਿ ਜਦੋਂ ਤੁਸੀਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਵਰਤਦੇ ਹੋ ਤਾਂ ਇਸ ਨੂੰ ਕੋਈ ਵੇਖ ਨਾ ਸਕੇ ਬੈਂਕ ਵੱਲੋਂ ਦਿੱਤੇ ਗਏ ਤੁਹਾਡੇ ਨਾਂ ਦੇ ਚੈੱਕ ਰਾਹੀਂ ਸਟੋਰਾਂ ਵਿੱਚ ਪੇਮੈਂਟ ਕਰਨ ਦਾ ਕੈਨੇਡਾ ਵਿੱਚ ਆਮ ਤਰੀਕਾ ਨਹੀਂ ਹੈ ਪਰ ਕੁਝ ਹਾਲਤਾਂ ਵਿੱਚ ਚੈੱਕ ਦੇਣਾ ਮੁਨਾਸਬ ਹੈ ਜਿਵੇਂ ਕਿ ਕਿਰਾਏ ਦੀ ਪੇਮੈਂਟ ਯਾ ਰਿਪੇਅਰ ਦਾ ਬਿੱਲ ਇੰਟਰਨੈਟ ਦੀ ਦੁਨੀਆ ਵੱਲ ਕਦਮ ਵਾਇਰ ਟ੍ਰਾਂਸਫਰ ਰਾਹੀਂ ਰਕਮ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕੰਪਿਊਟਰ ਰਾਹੀਂ ਭੇਜ ਸਕਦੇ ਹੋ ਇਹ ਵਿੱਤੀ ਸੰਸਥਾ ਰਾਹੀਂ ਪੋਸਟ ਆਫਿਸ ਰਾਹੀਂ ਯਾ ਪ੍ਰਾਈਵੇਟ ਕੰਪਨੀ ਰਾਹੀਂ ਹੋ ਸਕਦਾ ਹੈ ਵਾਇਰ ਟ੍ਰਾਂਸਫਰ ਦੀ ਫੀਸ ਵਿੱਚ ਫਰਕ ਹੋ ਸਕਦਾ ਹੈ ਇਸ ਲਈ ਤੁਹਾਨੂੰ ਬਾਕੀ ਥਾਵਾਂ ਤੋਂ ਕੀਮਤਾਂ ਦਾ ਪਤਾ ਕਰਨਾ ਚਾਹੀਦਾ ਹੈ ਜ਼ਿਆਦਾਤਰ ਬੈਂਕਾਂ ਦੀ ਵੈੱਬਸਾਈਟ ਤੇ ਪੇਮੈਂਟ ਕਰਨ ਦੀ ਆਨਲਾਈਨ ਸਹੂਲਤ ਹੈ ए बिल्ड की पेमेंट करने लिए बहुत आराम दे है जदो ऑनलाइन खरीदारी कर रहे हो पेमेंट आम तौर क्रेडिट कार्ड या डेबिट कार्ड राही ही कितिया जाती जानकारी देने तो हुशियार रहो। ਗਾਇਜ਼ ਵੈਬਸਾਈਟਾਂ ਕਦੇ ਵੀ ਬੈਂਕ ਜਾਂ ਕ੍ਰੈਡਿਟ ਕਾਰਡ ਦਾ ਪਿਨ, ਸੋਸ਼ਲ ਇੰਸ਼ੋਰੈਂਸ ਨੰਬਰ, ਜਨਮ ਤਾਰੀਖ ਜਾਂ ਡਰਾਈਵਰ ਲਾਇਸੈਂਸ ਨੰਬਰ ਬਾਰੇ ਨਹੀਂ ਪੁੱਛਣਗੀਆਂ। ਵਿੱਤੀ ਸੰਸਥਾਵਾਂ ਅਤੇ ਕ੍ਰੈਡਿਟ ਕੰਪਨੀਆਂ ਕਦੇ ਵੀ ਈਮੇਲ ਜਾਂ ਫੋਨ 'ਤੇ ਤੁਹਾਡੇ ਖਾਤੇ ਬਾਰੇ ਜਾਣਕਾਰੀ ਨਹੀਂ ਮੰਗਣਗੀਆਂ। ਜੇ ਤੁਹਾਨੂੰ ਕੋਈ ਈਮੇਲ ਜਾਂ ਫੋਨ 'ਤੇ ਐਸੀ ਜਾਣਕਾਰੀ ਮੰਗਦਾ ਹੈ ਤਾਂ ਇਹ ਧੋਖਾ ਜਾਂ ਫਰੇਬ ਹੈ। ਹੋਰ ਜ਼ਿਆਦਾ ਜਾਣਕਾਰੀ ਲਈ RCMP ਦੀ ਵੈਬਸਾਈਟ ਦੇਖੋ। ਹੁਣ ਤੁਸੀਂ BC ਵਿੱਚ ਖਰੀਦਾਰੀ ਕਰਨ ਲਈ ਤਿਆਰ ਹੋ।